ਸਤਿ ਸ਼੍ਰੀ ਅਕਾਲ ਦਾ ਖਾਲਸ ਟੀਵੀ ਦੇਖ ਰਹੇ ਹੋ ਮੈਂ ਰਾਹੁਲ ਕਾਲਾ ਤੇ ਸ਼ਾਮ 5 ਵਜੇ ਦੀਆਂ ਖਾਸ ਖਬਰਾਂ ਲੈ ਕੇ ਹਾਜ਼ਰ ਹੋਇਆ ਅਕਾਲੀ ਦਲ ਦੇ ਵਿੱਚ ਸੰਕਟ ਲਗਾਤਾਰ ਵੱਧਦਾ ਜਾ ਰਿਹਾ ਖਾਸ ਕਰਕੇ ਪ੍ਰਧਾਨ ਦੀ ਕੁਰਸੀ ਨੂੰ ਲੈ ਕੇ ਬੀਤੇ ਦਿਨ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਜਲੰਧਰ ਦੇ ਵਿੱਚ ਤਕਰੀਬਨ 60 ਤੋਂ ਵੱਧ ਟਕਸਾਲੀਆਂ ਨੇ ਮੀਟਿੰਗ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਇੱਕ ਕਿਸਮ ਦਾ ਉਹਨਾਂ ਤੋਂ ਮੰਗ ਕੀਤੀ ਸੀ ਕਿ ਪ੍ਰਧਾਨਗੀ ਛੱਡੇ ਤਾਂ ਅੱਜ ਜਿਹੜਾ ਹੈ ਅੱਜ ਫਿਰ ਦੁਬਾਰਾ ਤੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ਦੇ ਵਿੱਚ ਇੱਕ ਮੀਟਿੰਗ ਕੀਤੀ ਹੈ ਤੇ ਇਸ ਮੀਟਿੰਗ ਦੇ ਵਿੱਚ ਜਿਹੜੇ ਕੋਰ ਕਮੇਟੀ ਦੇ ਮੈਂਬਰ ਪਹੁੰਚੇ ਹੋਏ ਸੀ ਉਹਨਾਂ ਨੇ ਅਕਾਲੀ ਦਲ ਪ੍ਰਧਾਨ ਦੀ ਸੀਟ ਦੇ ਉੱਪਰ ਸੁਖਬੀਰ ਸਿੰਘ ਬਾਦਲ ਬਣੇ ਰਹਿਣ ਅਜਹੀ ਸਹਿਮਤੀ ਜਤਾਈ ਹੈ ਇਸ ਮੀਟਿੰਗ ਦੇ ਵਿੱਚ ਵੀ ਸੁਖਬੀਰ ਸਿੰਘ ਬਾਦਲ ਤੇ ਇੱਕ ਵਾਰ ਮੁੜ ਤੋਂ ਭਰੋਸਾ ਜਤਾਇਆ ਗਿਆ ਬੀਤੇ ਦਿਨ ਜਿਹੜੀ ਮੀਟਿੰਗ ਹੋਈ ਸੀ ਇਸ ਦੇ ਵਿੱਚ ਵੀ ਸੁਖਬੀਰ ਸਿੰਘ ਬਾਦਲ ਦੇ ਉੱਪਰ ਜਿਹੜਾ ਹੈ ਉਹ ਭਰੋਸਾ ਜਤਾਇਆ ਗਿਆ ਸੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨਾਂ ਨੇ ਤੇ ਅੱਜ ਅਕਾਲੀ ਦਲ ਦੇ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ ਇਸ ਦੇ ਵਿੱਚ ਵੀ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਹੈ ਉਹ ਭਰੋਸਾ ਜਤਾਇਆ ਗਿਆ ਤੇ ਨਾਲ ਦੀ ਨਾਲ ਕਿਹਾ ਗਿਆ ਜਿਹੜੇ ਟਕਸਾਲੀ ਬਾਗੀ ਹੋਏ ਨੇ ਕੀ ਪੰਥ ਦੇ ਵਿਰੋਧੀਆਂ ਦੀ ਚਾਲ ਦੇ ਵਿੱਚ ਨਾ ਫਸ ਜਾਓ ਦਿੱਲੀ ਦੇ ਵਿੱਚ ਲੋਕ ਸਭਾ ਦੀ ਕਾਰਵਾਈ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਹੋਏ ਹਰਸਿਮਰਤ ਕੌਰ ਬਾਦਲ ਅਕਾਲੀ ਦਲ ਦੇ ਐਮਪੀ ਹੈ ਇਹਨਾਂ ਨੇ ਜੋ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਖਿਲਾਫ ਬਗਾਵਤ ਹੋ ਰਹੀ ਹੈ ਇਸ ਸਬੰਧੀ ਬਿਆਨ ਦਿੱਤਾ ਇਹਨਾਂ ਨੇ ਕਿਹਾ ਕਿ ਇਹ ਮਹਿਜ਼ ਬੀਜੇਪੀ ਦੀਆਂ ਸਾਜ਼ਿਸ਼ਾਂ ਨੇ ਪੰਥ ਨੂੰ ਜਿਹੜਾ ਪੰਥ ਦੀ ਪਾਰਟੀ ਨੂੰ ਪੰਥਕ ਪਾਰਟੀ ਨੂੰ ਖੋਰੂ ਲਗਾਉਣ ਦੀ ਭਾਜਪਾ ਕੋਸ਼ਿਸ਼ ਕਰ ਰਹੀ ਹੈ ਤੇ ਕਈ ਇਸ ਦੇ ਪਿੱਠੂ ਜਿਹੜੇ ਐ ਉਹ ਅਜਹੀਆਂ ਚਾਲਾਂ ਚੱਲ ਰਹੇ ਨੇ ਇਸ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਸਾਰੇ ਦਾ ਸਾਰਾ ਸੁਖਵੀਰ ਸਿੰਘ ਬਾਦਲ ਦੇ ਨਾਲ ਇਕਜੁੱਟ ਹੈ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੀ ਮੰਗ ਕਰ ਰਿਹਾ ਹੈ ਦੂਸਰੇ ਪਾਸੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ 117 ਲੀਡਰਾਂ ਦੇ ਵਿੱਚੋਂ ਤਕਰੀਬਨ 112 ਸੁਖਵੀਰ ਸਿੰਘ ਬਾਦਲ ਦੇ ਨਾਲ ਹੈ ਸੁਖਵੀਰ ਸਿੰਘ ਬਾਦਲ ਦੀ ਲੀਡਰਸ਼ਿਪ ਤੇ ਭਰੋਸਾ ਜਤਾ ਰਹੇ ਨੇ ਜਦਕਿ ਪੰਜ ਜਿਹੜੇ ਹੈਗੇ ਨੇ ਉਹ ਸੁਖਵੀਰ ਸਿੰਘ ਬਾਦਲ ਦੇ ਵਿਰੋਧ ਵਿਰੋਧ ਦੇ ਵਿੱਚ ਹੈਗੇ ਆ ਇਹ ਸਿਰਫ ਭਾਜਪਾ ਦੇ ਮਗਰ ਲੱਗੇ ਹੋਏ ਨੇ ਅਕਾਲੀ ਦਲ ਦੇ ਅੰਦਰ ਬਗਾਵਤ ਇਸ ਕਦਰ ਪੈਦਾ ਹੋਈ ਹੈ ਕਿ ਜਿਹੜੇ ਬਾਗੀ ਟਕਸਾਲੀ ਲੀਡਰ ਹੋਏ ਨੇ ਇਹਨਾਂ ਨੇ 1 ਜੁਲਾਈ ਨੂੰ ਸ੍ਰੀ ਅਕਾਲ ਤਖਤ ਸਾਹਿਬ ਜਾਣ ਦਾ ਜਿਹੜਾ ਹੈ ਐਲਾਨ ਕੀਤਾ ਤੇ ਉੱਥੇ ਲਿਖਤੀ ਰੂਪ ਦੇ ਵਿੱਚ ਮਾਫੀ ਮੰਗਣ ਲਈ ਕਿਹਾ ਕਿ ਜੋ ਹੁਣ ਸਾਡੇ ਤੋਂ ਵੀ ਪਿੱਛੇ ਭੁੱਲਾ ਚੁੱਕਾ ਹੋਈਆਂ ਉਸ ਦੇ ਲਈ ਅਸੀਂ ਮਾਫੀ ਮੰਗਾਗੇ ਤਾਂ ਇਸ ਵਿਚਾਲੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਇੱਕ ਜਿਹੜਾ ਹੈ ਉਹ ਹੁਕਮ ਜਾਰੀ ਹੋਇਆ ਹੈ ਜੇਕਰ ਦੇਖਿਆ ਜਾਵੇ ਤਾਂ ਉਹਨਾਂ ਨੇ ਇੱਕ ਨਸੀਹਤ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਅੱਜ ਦੇ ਲੀਡਰ ਸ਼੍ਰੀ ਹਰਮੰਦਰ ਸਾਹਿਬ ਵੱਲ ਪਿੱਠ ਕਰਕੇ ਚੱਲ ਰਹੇ ਨੇ ਹਰਮੰਦਰ ਸਾਹਿਬ ਵੱਲ ਪਿੱਠ ਕੀਤੀ ਹੋਈ ਹੈ ਤੇ ਦਿੱਲੀ ਵੱਲ ਇਹਨਾਂ ਨੇ ਮੂੰਹ ਕੀਤਾ ਹੋਇਆ ਉਹਨਾਂ ਨੇ ਕਿਹਾ ਕਿ ਮੁਰ ਤੋਂ ਧਰਮ ਦੇ ਵੱਲ ਮੂੰਹ ਕਰਨਾ ਹੋਵੇਗਾ ਤਾਂ ਹੀ ਤੁਸੀਂ ਰਾਜ ਜਿਹੜੇ ਹੈ ਭੋਗੋ ਭੋਗ ਸਕੋਗੇ ਤਾਂ ਇਹ ਇੱਕ ਕਿਸਮ ਦਾ ਜਿਹੜਾ ਹੈ ਅਕਾਲੀ ਦਲ ਨੂੰ ਨਸੀਹਤ ਦਿੱਤੀ ਗਈ ਹੈ ਕਿ ਤੁਸੀਂ ਜਿਹੜਾ ਹੈ ਉਹ ਪੰਥ ਨੂੰ ਭੁੱਲ ਚੁੱਕੇ ਹੋ ਦਿੱਲੀ ਵੱਲ ਤੁਹਾਡਾ ਮੂੰਹ ਹੈ ਤੇ ਤੁਸੀਂ ਪਿੱਠ ਜਿਹੜੀ ਹੈ ਉਹ ਤਰੰਵਲ ਕੀਤੀ ਹੋਈ ਹੈ ਸੀਬੀ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਸ਼ਰਾਬ ਕੋਟਾਲਾ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਤਾਂ ਅੱਜ ਜਦੋਂ ਈਡੀ ਮਾਫ ਕਰਨਾ ਸੀਬੀਆਈ ਜਦੋਂ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਦੀ ਰਾਉਜ਼ ਐਵਨਿਊ ਅਦਾਲਤ ਦੇ ਵਿੱਚ ਪੇਸ਼ ਕਰਦੀ ਹੈ ਤਾਂ ਇਸ ਕਾਰਵਾਈ ਦੇ ਦੌਰਾਨ ਅਰਵਿੰਦ ਕੇਜਰੀਵਾਲ ਦਾ 슈ਗਰ ਲੈਵਲ ਇੱਕਦਮ ਘਟ ਜਾਂਦਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਚੱਕਰ ਆਣੇ ਸ਼ੁਰੂ ਹੋ ਜਾਂਦੇ ਜਿਸ ਤੋਂ ਬਾਅਦ ਸੁਣਵਾਈ ਦੇ ਵਿਚਾਲੇ ਹੀ ਉੱਥੋਂ ਕੋਰਟ ਰੂਮ ਦੇ ਵਿੱਚੋਂ ਅਰਵਿੰਦ ਕੇਜਰੀਵਾਲ ਨੂੰ ਦੂਸਰੀ ਜਗ੍ਹਾ ਤੇ ਜਿਹੜਾ ਬਿਠਾਇਆ ਗਿਆ ਫਿਰ ਉੱਥੇ ਡਾਕਟਰੀ ਜਾਂਚ ਕਰਵਾਈ ਗਈ ਤਾਂ ਪਤਾ ਲੱਗਾ ਕਿ ਅਰਵਿੰਦ ਕੇਜਰੀਵਾਲ ਦਾ ਜਿਹੜਾ 슈ਗਰ ਲੈਵਲ ਹੈ ਉਹ ਕਾਫੀ ਘਟ ਗਿਆ ਸੀ ਤੇ ਇਹ ਜਿਹੜਾ ਹੈ ਹੁਣ ਸੀਬੀਆਈ ਇਸ ਮਾਮਲੇ ਦੇ ਵਿੱਚ ਵੀ ਐਂਟਰ ਕਰ ਚੁੱਕੀ ਹੈ ਅਰਵਿੰਦ ਕੇਜਰੀਵਾਲ ਦੇ ਖਿਲਾਫ ਪਹਿਲਾਂ ਈਡੀ ਨੇ ਕੇਸ ਦਰਜ ਕੀਤਾ ਹੋਇਆ ਸੀ ਤਾਂ ਹੁਣ ਸੀਬੀਆਈ ਦੀ ਵੀ ਐਂਟਰੀ ਹੋ ਚੁੱਕੀ ਹੈ ਉਧਰ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਤੇ ਪਠਾਨਕੋਟ ਦੇ ਵਿੱਚ ਖੂਫੀਆ ਏਜੰਸੀਆਂ ਵੱਲੋਂ ਅਲਰਟ ਜਾਰੀ ਕੀਤਾ ਗਿਆ ਪੰਜਾਬ ਪੁਲਿਸ ਦੇ ਨਾਲ ਨਾਲ ਬੀਐਸਐਫ ਤੇ ਆਰਮੀ ਦੇ ਜਵਾਨ ਵੀ ਜਿਹੜੇ ਐ ਉਹ ਅਲਰਟ ਤੇ ਹੋ ਗਏ ਨੇ ਕਿਉਂਕਿ ਬੀਤੇ ਦਿਨ ਖਬਰ ਆਈ ਖਬਰ ਆਈ ਸੀ ਕਿ ਬੀਤੀ ਰਾਤ ਤਕਰੀਬਨ 9:30-10 ਵਜੇ ਪਠਾਨਕੋਟ ਦੇ ਆਖਰੀ ਪਿੰਡ ਪੈਂਦਾ ਕੋਟ ਪਟੀਆਂ ਤਾਂ ਇੱਥੇ ਦੋ ਸ਼ੱਕੀ ਵਿਅਕਤੀ ਦੇਖੇ ਗਏ ਆ ਰਾਤ ਦੇ ਸਮੇਂ ਇੱਥੇ ਇੱਕ ਫਾਰਮ ਹਾਊਸ ਹੈ ਉਸ ਦੇ ਵਿੱਚ ਮਜ਼ਦੂਰ ਰੋਟੀ ਬਣਾ ਰਹੇ ਹੁੰਦੇ ਆ ਤਾਂ ਦੋ ਸ਼ੱਕੀ ਵਿਅਕਤੀ ਜਿਨ੍ਹਾਂ ਨੇ ਆਪਣੇ ਪਿੱਠੂ ਆਏ ਹੋਏ ਸੀ ਤੇ ਹੱਥਾਂ ਦੇ ਵਿੱਚ ਹਥਿਆਰ ਸੀ ਜੋ ਕਥਿਤ ਤੌਰ ਦੇ ਉੱਪਰ ਇਹ ਦਾਵਾ ਕੀਤਾ ਗਿਆ ਉਸ ਫਾਰਮ ਹਾਊਸ ਦੇ ਵਿੱਚ ਬੈਠੇ ਹੋਏ ਮਜ਼ਦੂਰਾ ਨੇ ਕਿਹਾ ਕਿ ਆਉਂਦੇ ਸਾਰ ਉਹਨਾਂ ਨੇ ਸਾਡੇ ਤੋਂ ਖਾਣੇ ਦੀ ਮੰਗ ਕੀਤੀ ਖਾਣਾ ਖਾਣ ਤੋਂ ਬਾਅਦ ਫਿਰ ਉਹ ਪਠਾਨਕੋਟ ਵੱਲ ਨੂੰ ਚਲੇ ਗਏ ਤੇ ਨਾਲ ਦੀ ਨਾਲ ਜਾਂਦੇ ਹੋਏ ਇਹ ਵੀ ਕਹਿ ਗਏ ਕਿ ਜੇਕਰ ਉਹਨਾਂ ਨੇ ਇਸ ਸਬੰਧੀ ਪੁਲਿਸ ਨੂੰ ਕਿਸੇ ਤਰ੍ਹਾਂ ਦੀ ਵੀ ਇਤਲਾਹ ਦਿੱਤੀ ਤਾਂ ਫਿਰ ਅੰਜਾਮ ਬੁਰਾ ਹੋਵੇਗਾ ਇਸ ਤੋਂ ਬਾਅਦ ਫਿਰ ਸ਼ੱਕੀ ਹਾਲਾਤ ਜਦੋਂ ਦੇਖੇ ਗਏ ਤਾਂ ਇਨ੍ਹਾਂ ਮਜ਼ਦੂਰਾ ਨੇ ਪੁਲਿਸ ਨੂੰ ਫੋਨ ਕੀਤਾ ਪੁਲਿਸ ਨੇ ਫਿਰ ਸਾਰੀ ਤਫ਼ਤੀਸ਼ ਜਿਹੜੀ ਹੈ ਉਹ ਕੀਤੀ ਹੈ ਤਾਂ ਹੁਣ ਪੂਰੇ ਪਠਾਨਕੋਟ ਤੇ ਗੁਰਦਾਸਪੁਰ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਬੀਐਸਐਫ ਤੇ ਆਰਮੀ ਦੇ ਜਵਾਨ ਵੀ ਅਲਰਟ ਤੇ ਹੈਗੇ ਨੇ ਤੇ ਦੱਸਿਆ ਜਾ ਰਿਹਾ ਕਿ ਇਹ ਦੋਸ਼ਕੀ ਵਿਅਕਤੀਆਂ ਦੇ ਕੋਲ ਹਥਿਆਰ ਸੀ ਤੇ ਪਿੱਠੂ ਬੈਗ ਇਹਨਾਂ ਨੇ ਪਾਏ ਹੋਏ ਸੀ ਪੰਜਾਬ ਦੇ ਵਿੱਚ ਹੁਣ ਝੋਨੇ ਦੀ ਜਿਹੜੀ ਹੈ ਉਹ ਬਿਜਾਈ ਹੋ ਰਹੀ ਹੈ ਤੇ ਇਸ ਦੇ ਪੱਕਣ ਤੋਂ ਬਾਅਦ ਜਦੋਂ ਕਟਾਈ ਹੋਣੀ ਹੈ ਤਾਂ ਫਿਰ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਹੋਣੀਆਂ ਨੇ ਤਾਂ ਇਸ ਨੂੰ ਧਿਆਨ ਦੇ ਵਿੱਚ ਲਾਗਦੇ ਹੋਏ ਪੰਜਾਬ ਸਰਕਾਰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਘਟ ਕਰਨ ਦੇ ਲਈ ਉਪਰਾਲੇ ਕਰ ਰਹੀ ਹੈ ਤੇ ਇਸ ਸਬੰਧੀ ਸੀਜ਼ਨ ਜੋ ਕਟਾਈ ਦਾ 2024 ਹੈ ਇਸ ਦੇ ਵਿੱਚ ਸੀਜ਼ਨ ਦੇ ਦੌਰਾਨ 500 ਕਰੋੜ ਰੁਪਏ ਦੀ ਯੋਜਨਾ ਤਿਆਰ ਕੀਤੀ ਗਈ ਹੈ ਜਿਸ ਦੇ ਨਾਲ ਰਹਿਦ ਖੁੰਦ ਨੂੰ ਸੜਨ ਦੀਆਂ ਘਟਨਾਵਾਂ ਤੇ ਬ੍ਰੇਕ ਲਗਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਇਸ ਦੀ ਜਾਣਕਾਰੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਦਿੱਤੀ ਗਈ ਹੈ ਇਹਨਾਂ ਨੇ ਦੱਸਿਆ ਕਿ ਫਸਲੀ ਰਹਿਦ ਖੁੰਦ ਪ੍ਰਵਧਨ ਪ੍ਰਬੰਧਨ ਮਸ਼ੀਨਾਂ ਤੇ ਸਬਸਿਡੀ ਪ੍ਰਾਪਤ ਕਰਨ ਦੇ ਇਸ਼ੂ ਕਿਸਾਨ ਸਹਿਕਾਰੀ ਸੁਸਾਇਟੀਆਂ ਫਿਰ ਉਸ ਤੋਂ ਬਾਅਦ ਪੰਚਾਇਤਾਂ ਵੱਲੋਂ 21511 ਅਰਜ਼ੀਆਂ ਪ੍ਰਾਪਤ ਹੋਈਆਂ ਕਿਸਾਨਾਂ ਨੇ तकरीबन 63697 ਮਸ਼ੀਨਾਂ ਦੇ ਲਈ ਅਰਜ਼ੀਆਂ ਦਿੱਤੀਆਂ ਨੇ ਇਹਨਾਂ ਨੇ ਦੱਸਿਆ ਕਿ ਵਿਅਕਤੀਗਤ ਕਿਸਾਨ ਸੀਆਰ ਐਸ ਸੀਆਰਐਮ ਮਸ਼ੀਨਾਂ ਤੇ 50% ਸਬਸਿਡੀ ਲੈ ਸਕਦੇ ਨੇ ਜਦੋਂ ਕਿ ਇਸ ਯੋਜਨਾ ਦੇ ਨਿਯਮਾਂ ਦੇ ਮੁਤਾਬਕ ਸਹਿਕਾਰੀ ਸੁਸਾਇਟੀਆਂ ਤੇ ਇਸ ਤੋਂ ਬਾਅਦ ਪੰਚਾਇਤਾਂ 80% ਤੱਕ ਸਬਸਿਡੀ ਹਾਸਲ ਕਰ ਸਕਦੀਆਂ ਨੇ ਇਸ ਤੋਂ ਸਰਕਾਰ ਨੇ 500 ਕਰੋੜ ਰੁਪਏ ਦੀ ਯੋਜਨਾ ਬਣਾਈ ਹੈ ਕਿ ਪ੍ਰਾਲੀ ਦੀ ਰਹਿਤ ਖੂਦ ਨੂੰ ਸਾੜਨ ਤੋਂ ਬਚਾਉਣ ਦੇ ਲਈ ਘਟਨਾਵਾ ਘਟਕਾਰਨ ਦੇ ਲਈ ਸਬਸਿਡੀ ਤੇ ਮਸ਼ੀਨਾਂ ਦਿੱਤੀਆਂ ਜਾਣ ਤਾਂ ਜਿਹੜੇ ਕਿਸਾਨਾਂ ਨੇ ਅਪਲਾਈ ਕੀਤਾ ਤਕਰੀਬਨ 63697 ਮਸ਼ੀਨਾਂ ਲੈਣ ਦੇ ਲਈ ਅਰਜ਼ੀਆਂ ਆਈਆਂ ਨੇ ਤੇ ਜਿਹੜੇ ਕਿਸਾਨ ਸਿੱਧਾ ਲੈਣਾ ਚਾਹੁੰਦੇ ਉਹਨਾਂ ਨੂੰ 50% ਸਬਸਿਡੀ ਤੇ ਮਸ਼ੀਨ ਮਿਲੇਗੀ ਤੇ ਜੇਕਰ ਕੋਈ ਪੰਚਾਇਤੀ ਜਾਂ ਫਿਰ ਸਹਿਕਾਰੀ ਸੁਸਾਇਟੀਆਂ ਲੈਣਾ ਚਾਹੁੰਦੀਆਂ ਤੇ ਉਹਨਾਂ ਨੂੰ 80% ਦੇ ਉੱਪਰ ਸਬਸਿਡੀ ਦਿੱਤੀ ਜਾਏਗੀ ਫਿਲਹਾਲ 5 ਵਜੇ ਦੀਆਂ ਖਾਸ ਖਬਰਾਂ ਦੇ ਵਿੱਚ ਇੰਨਾ ਹੀ ਮੈਨੂੰ ਦੋ ਇਜਾਜ਼ਤ ਧੰਨਵਾਦ